हाँ जी, सत श्री अकाल जी सारयां नू। उम्मीद करता तुसीं सारे ठीक होवोंगे ते असीं भी पूरे ठीक हाँ। ते कवल भाजी होणा दा मैनूं फोन आया ही, हुण टाइम हो गया वा 6:30, 6:30 कवल भाजी होणा दा फोन आया ही ते उन्होंने मैनूं फोन करके कहा कि बबलू अहीं तेरे को आउंदे हाँ। ते मैं फोन चुकिया ते मैं कहा अच्छा चलो ठीक आ। भाजी उन्होंने इन्नी गल कह के फोन करता, मैनूं नहीं पता दस्सिया उन्होंने भी की करन आउण लगे हाँ जां की आ। मैं कहा चलो ठीक आ आ जाओ। ਅਤੇ ਫੋਨ ਉਹਨਾਂ ਨੇ ਕੱਟਤਾ। ਮੈਂ ਮੰਮੀ ਉਹਨਾਂ ਨੂੰ ਕਹਿਤਾ, ਮੈਂ ਮੰਮੀ ਜਿੱਦਾਂ ਕਰਕੇ ਭਾਅ ਜੀ ਉਹਨਾਂ ਦਾ ਫੋਨ ਆਇਆ, ਕਹਿੰਦੇ ਸੀ ਆਉਣ ਲੱਗੇ ਹਾਂ ਅਤੇ ਮੰਮੀ ਉਹਨੂੰ ਕਹਿੰਦੇ ਇਹ ਵੇਲੇ। ਮੈਂ ਕਿਹਾ ਹਾਂਜੀ, ਅਤੇ ਮੈਂ ਇਹਨਾਂ ਨੂੰ ਸਿੱਧਾ ਕਿਹਾ ਵੀ ਆ ਜਾਓ ਕੋਈ ਗੱਲ ਨਹੀਂ। ਅਤੇ ਮੈਂ ਫੋਨ ਕੱਟਤਾ ਵਾ। ਹੁਣ ਫਿਰ ਕਵਲ ਭਾਅ ਜੀ ਉਹਨਾਂ ਦਾ ਫੋਨ ਆਇਆ, ਕਹਿੰਦੇ ਬਬਲੂ ਕੋਈ ਚਾਹ ਪਾਣੀ ਨਾ ਬਣਾਈ, ਨਾ ਕੋਈ ਠੰਡਾ ਮਿੱਠਾ ਲਿਆਈ ਕੁਛ ਵੀ, ਕਿਉਂਕਿ ਅਸੀਂ ਖਾਂਦੇ ਪੀਂਦੇ ਆਉਣ ਡੇ ਹਾਂ। ਅਸਲ 'ਚ ਉਹ ਡੇ ਆ ਗਿਫਟ ਵੰਡਣ ਹੈ ਦਿਵਾਲੀ ਦੇ, ਦਿਵਾਲੀ ਕਰਕੇ ਨਾ ਗਿਫਟ ਵੰਡਣ ਡੇ ਸਾਰੇ ਜਿੰਨੇ ਵੀ ਉਹਨਾਂ ਨਾਲ ਟੀਮ ਮੈਂਬਰ ਕੰਮ ਕਰਦੇ ਆ ਨਾ, ਉਹਨਾਂ ਸਾਰਿਆਂ ਨਾਲ ਵੰਡਣ ਡੇ। ਅਤੇ ਉਹ ਸਾਨੂੰ ਇੱਥੇ ਆਇਆ ਹੀ ਪਤਾ ਲੱਗਾ। ਅਤੇ ਅਸੀਂ ਫਿਰ ਤੁਹਾਨੂੰ ਪਤਾ ਜਦੋਂ ਕੋਈ ਪ੍ਰਾਹੁਣਾ ਖੜੇ ਪੈਰ ਦੇ ਦੱਸਦੇ ਤਾਂ ਫੜਾ ਤਾਂ ਫੜੀ ਪੈ ਜਾਂਦੀ ਹੈ, ਇੱਥੋਂ ਕਰ ਲਓ, ਉਹ ਕਰ ਲਓ, ਜੇ ਕਰ ਲਓ, ਹੈ ਨਾ। ਬਾਕੀ ਖਲਾਰਾ ਜਿਹੜਾ ਜ਼ਿਆਦਾ ਇਹੋ ਹੀ ਵਾਲ ਪੱਟੀ ਜੀ ਜਿਹੜੀ ਕਰਨ ਡੇ ਸੀ, ਥੋੜ੍ਹਾ ਜਿਹਾ ਕੰਧਾਂ ਕੁੰਧਾਂ ਥੋੜ੍ਹੀਆਂ ਖਰਾਬ ਖਰੂਬ ਹੋਈਆਂ ਸੀ ਅਤੇ ਮੇਰਾ ਇਰਾਦਾ ਹੀ ਕਰ ਲਈਏ। ਅਸੀਂ ਕਿਸੇ ਨੂੰ ਨਹੀਂ ਡਾਇਆ, ਮੈਂ ਆਪੇ ਕੀਤੀਆਂ ਵਾਂ, ਨਾਲੇ ਮੈਨੂੰ ਦੱਸੋ ਇਹ ਕਿੱਦਾਂ ਦੀਆਂ ਲੱਗਣੀਆਂ ਤੁਹਾਨੂੰ। ਇਹਦੇ ਕਰਕੇ ਹੀ ਜ਼ਿਆਦਾ ਖਲਾਰਾ, ਬਾਕੀ ਸਾਂਭਿਆ ਸੁੰਭਿਆ ਗਿਆ ਸੀ, ਜ਼ਿਆਦਾ ਖਲਾਰਾ ਸਾਂਭਿਆ ਗਿਆ ਸੀ, ਬਸ ਇਹ ਇੱਕੋ ਕੰਧ ਰਹਿ ਗਈ ਸੀ। ਆਹੋ ਇਹੋ ਹੀ ਕੰਧਾਂ ਰਹਿ ਗਈਆਂ ਸੀ। ਇਹ ਸਗੋਂ ਸਾਰੀਆਂ ਮੈਂ ਸਵੇਰੇ, ਉਹ ਜਿਹੜੀ ਸਾਡੀ ਡਿਊਰੀ ਹੈ ਨਾ, ਉਹ ਮੈਂ ਸਗੋਂ ਸਾਰੀ ਸਵੇਰੇ ਕੱਢੀ। ਮੈਂ ਚਲੋ ਪਹਿਲਾਂ ਪਹਿਲਾਂ ਕੱਢ ਲੈਣਾ ਵਾਂ ਅਤੇ ਚਲੋ ਵਧੀਆ ਹੋਇਆ ਉਹ ਵੀ ਜਿਹੜੀ ਨਿਕਲ ਗਈ ਆ, ਜੇ ਕਿਤੇ ਹੁੰਦਿਆਂ ਚਲੋ ਬਲੋ ਕੰਮ ਜਿਹਾ ਡੇ ਹੀ ਕਰਨਾ। ਬਾਕੀ ਉਹ ਆ ਗਿਆ ਸੀ ਸਾਰਾ। ਅਤੇ ਮੁੜ ਕੇ ਕਵਲ ਭਾਅ ਜੀ ਉਹਨੇ ਜਦੋਂ ਆਏ ਆ ਅਤੇ ਫਿਰ ਉਹਨਾਂ ਨੇ ਇੱਦਾਂ ਗਿਫਟ ਫੜੇ ਸੀ, ਮੈਂ ਕਿਹਾ ਅੱਛਾ ਗਿਫਟ ਡੇ ਆ ਤੁਸੀਂ ਮੰਨਣਾ। ਫਿਰ ਕਵਲ ਭਾਅ ਜੀ ਹੁਣੀ ਸਾਨੂੰ ਆਹ ਗਿਫਟ ਦੇ ਕੇ ਗਏ ਆ ਅਤੇ ਪਤਾ ਨਹੀਂ ਆ ਇਹਨਾਂ ਵਿੱਚ ਕੀ ਆ। ਅਤੇ ਮੈਂ ਸੋਚਿਆ ਮੈਂ ਚਲੋ ਅਨਬੋਕਸਿੰਗ ਦਾ ਵਲੋਗ ਬਣਾਉਂਦੇ ਹਾਂ ਅਤੇ ਬੜੀ ਖੁਸ਼ੀ ਹੋਈ ਸਾਨੂੰ ਵੀ ਭਾਅ ਜੀ ਹੁਣੀ ਗਿਫਟ ਦੇਣ ਆਏ ਸੀ ਅਤੇ ਵਧੀਆ ਲੱਗਾ ਸਾਨੂੰ। ਬਾਕੀ ਉਹਨਾਂ ਨੇ ਵੀ ਵਲੋਗ ਬਣਾਇਆ ਵਾ, ਉਹ ਵੀ ਵਲੋਗ ਤੁਸੀਂ ਵੇਖਿਓ ਸਾਡਾ, ਅਤੇ ਉਹਦੇ ਵਿੱਚ ਬਹੁਤ ਹਾਸਾ ਪਿਆ ਵਾ। ਮੈਨੂੰ ਪਤਾ ਨਹੀਂ, ਮੈਨੂੰ ਲੱਗਾ ਕਿ ਸ਼ਾਇਦ ਉਹ ਗੱਡੀ ਦੇ ਵਿੱਚ ਆਉਣ ਆਏ ਉਹ ਭਾਅ ਜੀ ਹੁਣੀ ਗੱਡੀ 'ਤੇ ਸੀ ਅਤੇ ਗੱਡੀ ਨਾ ਉਹ ਮਗਰ ਹੀ ਲਾ ਆਏ ਸੀ। ਮੈਂ ਨਾ ਇੱਦਾਂ ਡੇਅਰੀ ਵਿੱਚ ਸਾਡਾ ਬਲਬ ਖਰਾਬ ਹੋ ਗਿਆ ਸੀ ਅਤੇ ਮੈਂ ਉਹ ਬਲਬ ਲਾਉਣ ਡਿਆ। ਮੈਂ ਲਾਉਂਦਾ ਲਾਉਂਦਾ ਕਹਿਣ ਡਿਆ, ਜਿੱਦਾਂ ਕਹਿ ਨਹੀਂ ਦੇਈਦਾ ਉਹ ਆ ਗਏ ਆ, ਹੈ ਨਾ। ਮੈਂ ਇੱਦਾਂ ਲਾਉਂਦਾ ਲਾਉਂਦਾ ਅਮਨ ਨੂੰ ਕਹਿਣ ਡਿਆ ਕਿ ਅਮਨ ਉਹ ਆ ਗਏ ਆ, ਅਤੇ ਭਾਅ ਜੀ ਹੁਣੀ ਕਿਤੇ ਸਾਡੇ ਗੇਟ ਵਿੱਚ ਹੀ ਆ ਗਏ ਸੀ। ਉਹਨਾਂ ਨੇ ਭਾਅ ਜੀ ਉਹਨਾਂ ਨੇ ਵਲੋਗ ਬਣਾ ਲਿਆ ਉੱਥੋਂ ਹੀ, ਕਹਿੰਦੇ ਆ ਉਹ ਕਹਿਣ ਡਿਆ ਉਹ ਆ ਗਏ ਆ। ਦੀਦੀ ਕਹਿੰਦੇ ਖਲੋ ਜਾ ਯਾਰ, ਅਗਰ ਤੈਨੂੰ ਦੱਸਦੇ ਹਾਂ। ਅਤੇ ਬੜਾ ਹਾਸਾ ਪਿਆ, ਮੁੜ ਕੇ ਆਏ ਆ ਉਹ ਛੇਤੀ ਛੇਤੀ ਆਏ ਆ, ਨਾ ਉਹਨਾਂ ਨੇ ਚਾਹ ਪਾਣੀ ਪੀਤਾ ਕੁਛ। ਅਤੇ ਮੰਮੀ ਉਹਨਾਂ ਨੇ ਕਿਹਾ ਸੀ, ਕਿਹਾ ਮੈਂ ਕਿਹਾ ਚਾਹ ਪਾਣੀ ਪੀ ਕੇ ਜਾਇਓ, ਪਰ ਨਹੀਂ, ਕਿਉਂਕਿ ਉਹਨਾਂ ਨੇ ਹੋਰ ਵੀ ਸਾਰੇ ਥਾਂ ਜਾਣਾ ਸੀ ਨਾ, ਸਾਰੇ ਜਿੰਨੇ ਵੀ ਟੀਮ ਮੈਂਬਰ ਉਹਨਾਂ ਨਾਲ ਕੰਮ ਕਰਦੇ ਆ, ਹੈ ਨਾ, ਜਿੰਨੇ ਵੀ ਸਾਰਿਆਂ ਕੋਲ ਉਹਨਾਂ ਨੇ ਜਾਣਾ ਸੀ। ਉੱਧਰੋਂ ਵੀ ਵੰਡਦੇ ਆਉਣ ਡੇ ਸੀਗੇ ਅਤੇ ਇੱਧਰ ਹੁਣ ਸਾਡੇ ਕੋਲ ਆਏ ਸੀ, ਹਨੇਰਾ ਹੀ ਹੋ ਗਿਆ ਉਹਨਾਂ ਨੂੰ। ਫਿਰ ਚੱਲ ਗਏ ਛੇਤੀ, 5-10 ਮਿੰਟ ਹੀ ਖਲੋਤੇ ਆ ਅਤੇ ਗੱਲਾਂ ਬਾਤਾਂ ਕੀਤੀਆਂ ਸੀ। ਅਤੇ ਭਾਅ ਜੀ ਹੁਣੀ ਕਹਿੰਦੇ ਵੀ ਆ ਲਓ ਗਿਫਟ ਅਤੇ ਕਬੂਲ ਕਰਿਓ। ਮੈਂ ਕਿਹਾ ਕੋਈ ਗੱਲ ਨਹੀਂ, ਕਬੂਲ ਆ ਭਾਅ ਜੀ, ਤੁਸੀਂ ਜਿਹੜੀ ਮਰਜ਼ੀ ਗੱਲ ਕਹੋ ਕਬੂਲ ਆ। ਅਤੇ ਗਿਫਟ ਉਹ ਦੇ ਕੇ ਗਏ ਹੈ, ਅਤੇ ਮੈਂ ਸੋਚਿਆ ਮੈਂ ਚਲੋ ਅਨਬੋਕਸਿੰਗ ਦਾ ਵਲੋਗ ਬਣਾਉਂਦੇ ਹਾਂ, ਹੁਣ ਅਸੀਂ ਇਹਨੂੰ ਅਨਬੋਕਸਿੰਗ ਕਰਦੇ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਵਿਖਾਉਂਦੇ ਹਾਂ ਕੀ ਆ ਵੇਖਣ 'ਚ। ਤਾਂ ਮੈਨੂੰ ਨਹੀਂ ਅਜੇ ਮੈਨੂੰ ਲੱਗਣ ਡਿਆ, ਪਤਾ ਨਹੀਂ ਕੀ ਲੱਗਣ ਡਿਆ ਵਾ। ਅਤੇ ਬਾਕੀ ਕਰਦੇ ਹਾਂ ਅਨਬੋਕਸਿੰਗ, ਅਤੇ ਆ ਜਾਓ ਉਹ ਉੱਥੇ ਕਰਦੇ ਹਾਂ, ਉਹ ਉੱਥੇ ਆ ਜਾਓ ਕਰਦੀਆਂ, ਜੋ ਆ ਜਾਓ ਸਾਰਿਆਂ ਨੂੰ ਦਿਖਾਉਂਦੇ ਹਾਂ ਕੀ ਆ। ਮੇਰੇ ਕੋਲ ਨਾ ਇੰਤਜ਼ਾਰ ਨਹੀਂ ਹੋਇਆ, ਮੈਂ ਵੇਖਣਾ ਵੇਖਣਾ ਪਹਿਲਾਂ ਕੀ ਆ। ਮੰਮੀ ਹੋਣੀ ਕਹਿੰਦੇ ਰੋਟੀ ਰਾਟੀ ਪਕਾ ਲਈਏ ਅਤੇ ਠਹਿਰ ਕੇ ਬਣਾ ਲਾਂਗੇ। ਮੈਂ ਨਹੀਂ, ਪਹਿਲਾਂ ਵੇਖਣਾ ਕੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਖੁਸ਼ੀ ਹੁੰਦੀ ਹੈ ਨਾ ਮੰਮੀ, ਆ ਲਓ ਤੁਸੀਂ ਇਹਨੂੰ ਖੋਲੋ, ਮੈਂ ਨਹੀਂ ਖੋਲਦਾ। ਇਹ ਤਾਂ ਡੱਬਾ ਹੀ ਆ, ਪਤਾ ਹੀ ਆ, ਹੈਂ, ਇਹ ਤਾਂ ਡੱਬਾ ਹੀ ਆ। ਗੁਲਾਬ ਜਾਮੁਨ ਕਰਦੀ ਆ ਫਿਰ ਫੀਲ, ਵੇਖਿਆ ਮੈਂ ਕਿਹਾ ਸੀ ਨਾ ਕੱਚ ਦਾ ਹੀ ਹੋ ਸਕਦਾ। ਥੈਂਕ ਯੂ ਭਾਜੀ ਤੁਹਾਡੇ ਸਾਰਿਆਂ ਦਾ, ਤੁਹਾਨੂੰ ਆਹ ਗਿਫਟ ਜਿਹੜੇ ਆ ਬਹੁਤ ਸੋਹਣੇ ਲੱਗੇ ਆ ਤੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਨੂੰ ਗਿਫਟ ਦੇਣ ਆਏ ਆ। ਬਹੁਤ ਸੋਹਣੇ ਗਿਫਟ ਆ ਨਾ, ਸੋਹਣੇ ਆ ਨਾ। ਚਲੋ ਜੀ ਆ ਦੇਖੀ ਖੋਲ ਕੇ ਚੁੱਕੀ ਆ।
बाकी जी साडी वीडियो नहीं ही आई ते ओ इसे करके नहीं आई आ घर दे कम्मा कारा करके इन्हां दे सानू असल च ना मैं ओदा लगना नहीं गा मैं चलो करके वेने आ वाल पट्टी थोड़ी औखी हुंदी आ रंग नालों रंग ते बुरश ना कर लीगा पर मैनू कोई नॉलेज नहीं इहदे बारे तुसीं कहना भी घरे बबलू ने पहला वेरियां वूरियां पर मैनू कोई नहीं नॉलेज इहदे बारे भी पट्टी किदां फिरदी आ मैं ना इत्थे साडे लागे आ गवांढियां दा मुंडा इत्थे पट्टी करदा वा मैं उहनूं पुछ पछ लिया सी मैं कहा भाजी इदां करके एक मिनट मैं ना उन्होंने पुछ पछ लिया कि किवें करी दी आना नहीं कुवें घोली दा वा इहनूं करी दा ते चलो मैं एक बार वीडियो वाड़ी वेखी यूट्यूब तो जो मैं इदा फेरन लग पिया थोड़ा चिर होया एक कंध नाल होया वा बाकी मैनूं एक्सपीरियंस हो गया नाल ओह दस भी गए ही ना तैनूं किदां करना जान दिया तू हो ही नहीं कहिंदा लगता भी कारीगर ने की मैं चल वधिया भाई मैनू भी काम आ गया भाजी कहते नहीं बड़ा वधिया फेरिया वा कवल भाजी उन्होंने बड़ा वधिया उन्होंने भी सारे ने तारीफ की कहते नहीं बहुत सोहना एक बोरा लगूगा दो लगूगा है ना तीन लगूगा इदा पता नहीं पहला अं दो बोरे लेंदे फिर अं दो लेंदे घर के करूंगे जरूरी जे मम्मी होना काम हों फिर इन्हों भी मैं लैके जाना सो हम मम्मी होनी उत्तर जाएंगे तो मैं विह जाऊंगा मैं इतों चल जाना वा कवल भाजी होना घरे उन्होंने मैं चल जाना विह गई विह तो बाद हाँ जी ये भी चीज दस दी है जी वीडियो स्टार्ट करनी है ना हम ਵਿਆਹ ਤੋਂ ਬਾਅਦ ਹੀ ਕਰਾਂਗੇ ਵਿਆਹ 13 ਨੂੰ ਆ ਤੇਰਾਂ ਤੋਂ ਬਾਅਦ ਹੀ ਜਿਹੜੀ ਆ ਅਸੀਂ ਵੀਡੀਓ ਸਟਾਰਟ ਕਰਾਂਗੇ ਕਿਉਂਕਿ ਅਜੇ ਨਾ ਆ ਥੋੜਾ ਬਹੁਤਾ ਕੰਮ ਜਿਹੜਾ ਇੱਕ ਦੋ ਕੰਮ ਹੋਰ ਹੈਗੇ ਆ ਉਹ ਕਰਨੇ ਆ ਉਹ ਕਰਕੇ ਫਿਰ ਮੁੜਕੇ ਉਦੋਂ ਵਿਆਹ ਦੀ ਤਰੀਕ ਆ ਜਾਣੀ ਆ ਵਿਆਹ ਦਾ ਵਲੋਗ ਬਣਾਵਾਂਗੇ ਤੁਹਾਨੂੰ ਸਾਰਿਆਂ ਨੂੰ ਵਿਖਾਵਾਂਗੇ ਤੇ ਬਹੁਤ ਸੋਹਣੇ ਕਪਸਾਕੀ ਗਿਫਟ ਬਹੁਤ ਸੋਹਣੇ ਲੱਗੇ ਸਾਨੂੰ ਥੈਂਕ ਯੂ ਭਾਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ कुछ मीठा हो जाए दिवाली नहीं गिफ्ट बहुत सोहना लगा हेलो मम्मी हेलो खा लो सारे सारे किदा खा लेना अमन फड़ ला काला खाओ तुम ना बाद में टेस्ट करके दसो कि बहुत बढ़िया स्वाद आ बहुत स्वाद आ चलो ठीक है ओके बाय।